ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸੰਗਤ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਅੱਜ ਇਨੋਗ੍ਰੇਸ਼ਨ ਹੈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਦੀ, ਤਾਂ ਤਮਾਮ ਸੰਗਤਾਂ ਜਿਹੜੀਆਂ ਨੇ ਪਾਕਿਸਤਾਨ ਦੀਆਂ, ਉਹ ਇਸ ਵੇਲੇ ਮੌਜੂਦ ਹਨ ਗੁਰੂ ਘਰ ਦੇ ਵਿਹੜੇ ਦੇ ਵਿੱਚ। ਔਰ ਬਹੁਤ ਅੱਜ ਵਧੀਆ ਲੱਗ ਰਿਹਾ ਕਿ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ ਮੈਂ ਗੁਰੂ ਘਰ ਦੇ ਵਿੱਚ ਆਇਆ ਸੀ ਮਿਰਜ਼ਾ ਸਫਦਰ ਬੇਗ ਸਾਹਿਬ ਨਾਲ, ਅਤੇ ਮੇਰੀ ਅੱਖ ਜਿਹੜੀ ਸੀ ਨਾ, ਉਹ ਨਮ ਜ਼ਰੂਰ ਹੋਈ ਸੀ ਕਿ ਇੰਨਾ ਪਾਵਨ ਪਵਿੱਤਰ ਅਸਥਾਨ ਔਰ ਇਸ ਤਰ੍ਹਾਂ ਖਰਾਬ ਹੋਇਆ ਹੋਇਆ, ਉਹਦੀਆਂ ਕੰਧਾਂ ਟੁੱਟੀਆਂ ਹੋਈਆਂ, ਦਰਵਾਜ਼ੇ ਹੈ ਨਹੀਂ, ਜਗ੍ਹਾ ਜਗ੍ਹਾ 'ਤੇ ਪੌੜ ਪਏ ਹੋਏ, ਕੋਈ ਪ੍ਰਸਾਨ ਹਾਲ ਨਹੀਂ ਸੀ। ਆਪ ਜੀ ਦਾ ਸਭ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਇੰਨਾ ਕੁ ਪ੍ਰਮੋਟ ਕੀਤਾ ਕਿ ਜਦੋਂ ਉਹ ਮਿਲੀਅਨਸ ਮੈਨੂੰ ਗਿਣਨ ਲੱਗ ਪਏ ਤਾਂ ਮੈਨੂੰ ਮੇਰੀਆਂ ਅੱਖਾਂ ਦੇ ਚੱਥਰੂ ਵੀ ਸਨ ਔਰ ਖੁਸ਼ੀ ਵੀ ਸੀ ਕਿ ਜਦੋਂ ਕਿਸੇ ਚੀਜ਼ ਦੀ ਚੜ੍ਹਾਈ ਹੁੰਦੀ ਹੈ, ਉਹ ਸਰਕੂਲੇਟ ਹੁੰਦੀ ਹੈ, ਤਾਂ ਉਸੇ ਵੇਲੇ ਹੀ ਉਹ ਤੁਹਾਡੀਆਂ ਨਜ਼ਰਾਂ 'ਚ ਵੀ ਆਉਂਦੀ ਹੈ। ਅਤੇ ਉਹਨਾਂ ਦੇ ਵਿੱਚੋਂ ਹੀ ਸਾਡੇ ਰਣਜੀਤ ਨਿਗਾਰਾ ਦੀ ਟੀਮ ਜਿਹੜੀ ਹੈ, ਉਹਨਾਂ ਨੇ ਵੀਰ ਨਿਸ਼ਾਨ ਸਿੰਘ ਨਾਲ ਸੰਪਰਕ ਕੀਤਾ, ਫਿਰ ਇਸ ਤਰ੍ਹਾਂ ਕਰਦੇ ਕਰਦੇ ਕੜੀ ਨਾ ਕੜੀ ਮਿਲਦੀ, ਅੱਜ ਇਹ ਆਲੀਸ਼ਾਨ ਬਿਲਡਿੰਗ ਜਿਹੜੀ ਹੈ ਆਪਣਾ 170 ਸਾਲਾ ਇਤਿਹਾਸ ਸਾਂਭੀ ਬੈਠੀ ਹੈ। ਮੈਂ ਕਹਾਂਗਾ ਕਿ ਮੈਂ ਬਹੁਤ ਹੀ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਜਦੋਂ ਮੈਂ 10 ਤੋਂ 12 ਸਾਲ ਪਹਿਲੇ ਸਿੱਖ ਹਿਸਟਰੀ ਨੂੰ ਖੋਜਣ ਵਾਸਤੇ ਨਿਕਲਿਆ ਸੀ ਤਾਂ ਮੈਨੂੰ ਸਾਰੇ ਮਜ਼ਾਕ ਕਰਦੇ ਸਨ ਕਿ ਤੂੰ ਕੀ ਕਰਨ ਵਾਸਤੇ ਨਿਕਲਿਆ, ਤੂੰ ਇਕੱਲਾ ਕੀ ਕਰੇਗਾ। ਕਹਿੰਦੇ ਕਿ ਮੈਂ ਅਕੇਲਾ ਹੀ ਚਲਾ ਥਾ ਜਾਣੇ ਵੇ ਮੰਜ਼ਿਲ, ਲੋਕ ਮਿਲਤੇ ਗਏ ਔਰ ਕਾਫਲਾ ਬਣਤਾ ਗਿਆ। ਅਤੇ ਉਹ ਵਾਲੀ ਗੱਲ ਹੋਈ ਹੈ ਕਿ ਅੱਜ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਦੇ ਚੰਨ ਛੂਨ ਪ੍ਰਾਪਤ ਧਰਤੀ ਜਿਹੜੀ ਹੈ ਉਹ ਕਿੱਥੇ ਕਿੱਥੇ ਹੈ। ਰੱਬ ਸੋਹਣੇ ਨੇ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਨੇ। ਗੱਲ ਕਰਦੇ ਹਾਂ, ਸਾਡੇ ਨਾਲ ਮੌਜੂਦ ਹਨ ਗਿਆਨੀ ਸਾਹਿਬਾਨ ਵੀ ਹਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਅਤੇ ਅਸੀਂ ਸੇਵਾ ਦੇ ਮੁਤਲਕ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸੇਵਾ ਪਾਈ। ਆਏ ਅਰਦਾਸ ਵੀ ਕੀਤੀ, ਪ੍ਰਕਾਸ਼ ਵੀ ਸੁਖਮਨੀ ਸਾਹਿਬ ਦਾ ਪਾਠ ਵੀ ਹੋਇਆ ਇੱਥੇ, ਅਤੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ। ਗੁਰਪਿਆਰੀ ਸੰਗਤ ਜੀ, ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ, ਮੈਂ ਪਾਕਿਸਤਾਨ ਦੀ ਪਵਿੱਤਰ ਧਰਤੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਚੋਹਾ ਸਾਹਿਬ ਤੋਂ ਦੇਸ਼ਾਂ ਵਿਦੇਸ਼ਾਂ 'ਚ ਵਸਣ ਵਾਲੀ ਸਿੱਖ ਸੰਗਤ ਨੂੰ ਗੁਰੂ ਫਤਿਹ ਬਖਸ਼ਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਮਨ ਖੁਸ਼ ਹੈ ਕਿ ਇਹ ਉਹ ਪਵਿੱਤਰ ਸਥਾਨ ਜਿੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਸੋਟੀ ਮਾਰ ਕੇ ਇੱਥੋਂ ਜਲ ਦਾ ਜਿਹੜਾ ਪ੍ਰਵਾਹ ਹੈ ਉਹ ਚਲਾਇਆ ਸੀ। ਸੋ ਉਹ ਪ੍ਰਵਾਹ ਅੱਜ ਵੀ ਚੱਲ ਰਿਹਾ ਹੈ। ਸੋ ਮਨ ਹੋਰ ਵੀ ਖੁਸ਼ ਹੈ ਕਿ ਇਸ ਜਿਹੜੀ ਕਾਰ ਸੇਵਾ ਹੈ ਉਹ ਨਿਭਾਈ ਗਈ ਹੈ। ਰਣਜੀਤ ਨਗਾਰਾ ਦੀ ਜਿਹੜੀ ਸੰਸਥਾ ਉਹਨਾਂ ਦੀ ਤਰਫੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਜੋਦਲੀ ਕਰਦੇ ਹਾਂ। ਅੱਜ ਉੱਥੇ ਸੰਗਤਾਂ ਇੱਥੇ ਇਕੱਤਰ ਹੋਈਆਂ ਹਨ ਇਸ ਬਿਲਡਿੰਗ ਦੇ ਉਦਘਾਟਨ ਵਾਸਤੇ। ਅਗਲੀ ਵਾਰੀ ਅਸੀਂ ਆਈਏ ਤਾਂ ਗੁਰੂ ਨਾਨਕ ਪਾਤਸ਼ਾਹ ਸਾਰੇ ਸਮੂਹ ਸਿੱਖ ਜਗਤ 'ਤੇ ਆਪਣਾ ਤਰਸ ਦਾ ਹੱਥ ਰੱਖਣ, ਅਤੇ ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਹੋਵੇ। ਜਿਸ ਤਰ੍ਹਾਂ ਹੁਣ ਗਿਆਨੀ ਜੀ ਵੀ ਇਹ ਬੇਨਤੀ ਕਰ ਰਹੇ ਸੀ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਸਾਰੀਆਂ ਸੰਗਤਾਂ ਅੱਜ ਇੱਥੇ ਦ੍ਰਿੜ ਕਰਕੇ ਜਾਣ, ਅੱਜ ਇੱਕ ਮੰਗ ਕਰਕੇ ਜਾਣ ਪਾਤਸ਼ਾਹ ਪਾਸੋਂ ਕਿ ਅਗਲੀ ਵਾਰੀ ਆਪਾਂ ਇੱਥੇ ਆਈਏ ਅਤੇ ਇੱਥੇ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ। ਸੋ ਸਾਨੂੰ ਸਤਿ ਸ੍ਰੀ ਅਕਾਲ। ਅਸੀਂ ਯਕੀਨ ਰੱਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਤੇ ਕਿ ਜੋ ਅੱਜ ਸੰਗਤ ਨੇ ਜੋਦੜੀ ਕੀਤੀ ਹੈ, ਝੋਲੀ ਅੱਡੀ ਹੈ, ਗੁਰੂ ਨਾਨਕ ਪਾਤਸ਼ਾਹ ਸਾਡੀ ਉਸ ਜੋਦੜੀ ਨੂੰ ਸੁਣਨਗੇ, ਅਤੇ ਅਗਲੀ ਵਾਰ ਜਦੋਂ ਇੱਥੇ ਆਵਾਂਗੇ ਦਰਸ਼ਨ ਕਰਨ ਲਈ ਸੰਗਤਾਂ ਇੱਥੇ ਆਉਣਗੀਆਂ, ਅਤੇ ਇੱਥੇ ਜਿਵੇਂ ਅੱਜ ਬਾਕੀ ਗੁਰਧਾਮ ਖੁੱਲ੍ਹੇ ਨੇ, ਬਾਕੀ ਗੁਰਧਾਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਇੱਥੇ ਵੀ ਪ੍ਰਕਾਸ਼ ਹੋਏਗਾ, ਅਤੇ ਸੰਗਤਾਂ ਇੱਥੇ ਬਾਬੇ ਨਾਨਕ ਦੇ ਦਰ 'ਤੇ ਆ ਕੇ ਖੁਸ਼ੀਆਂ ਦੇ ਫੁੱਲ ਪੇਂਟ ਕਰਨਗੀਆਂ ਅਤੇ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਵੀਰ ਜੀ। ਵੀਰ ਜੀ, ਅਸੀਂ ਗੱਲ ਕਰਦੇ ਹਾਂ, ਨਾਲ ਨਾਲ ਜੀ ਆਪਣਾ ਪਰਿਚੈ ਵੀ ਕਰਵਾਉਂਦੇ ਚਲੋ ਜੀ। ਜੀ ਦੱਸ, ਸਰਦਾਰ ਰਵਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਸਭ ਤੋਂ ਪਹਿਲੇ ਮੈਂ ਰਣਜੀਤ ਨਗਾੜਾ ਸਿੰਘ ਅਤੇ ਉਹਨਾਂ ਦੀ ਸੰਸਥਾ ਦਾ ਤਹਿ ਦਿਲ ਲੋ ਧੰਨਵਾਦ ਕਰਦਾ ਕਿ ਅੱਜ ਜਿਹੋ ਜਿਹਾ ਜਦੋਂ ਅਸੀਂ ਪਹਿਲੀ ਵਾਰੀ, ਮੈਨੂੰ ਯਾਦ ਹੈ ਜਦੋਂ ਅਸੀਂ ਆਏ ਹਾਂ 3 ਸਾਲ ਪਹਿਲੇ ਜਦੋਂ ਇੱਥੇ ਪਹੁੰਚੇ ਹਾਂ, ਅਤੇ ਉਹ ਤੋਂ ਬਹੁਤ ਮਨ ਜਿਹੜਾ ਸੀ ਵਿਰੋਧ ਸੀ, ਲੇਕਿਨ ਅੱਜ ਮੈਂ ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਮੈਂ ਬਿਆਨ ਕਰ ਸਕਾਂ ਜਿਹੋ ਜਿਹੀ ਬਰੀਕੀ ਨਾਲ ਉਹਨਾਂ ਨੇ ਆਪ ਜੀ ਸਾਰੇ ਆਪ ਜੀ ਖਾਸ ਤੌਰ 'ਤੇ ਬਾਬਾ ਜੀ ਦੇ ਹੁਕਮ ਦੇ ਮੁਤਾਬਿਕ ਉਹਨਾਂ ਨੇ ਉਹ ਦੇਖਿਆ ਅਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ, ਅਤੇ ਮੈਂ ਦਿਲੋਂ ਅਥਾਗੇ ਰਾਹੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਸਮੁੱਚੀ ਸਾਧ ਸੰਗਤ ਨੂੰ ਇਸ ਦਿਨ ਦੇ ਉੱਤੇ ਮੁਬਾਰਕਬਾਦ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਬਲਵੰਤ ਸਿੰਘ ਜੀ ਨੇ, ਜਿਹੜੇ ਕਿ ਕਿਸੇ ਵੀ ਤਾਰਫ ਦੇ ਮੁਤਾਜ ਨਹੀਂ ਹਨ,
और मास्टर जी दियां सेवावां जिहड़ियां ने मैं अगर करांगा शुरू करांगा तो काफ़ी देर लगेगी, लिहाजा मैं यही दसांगा कि ननकाना साहिब अंदर जिहड़े तारीखी गुरु घर हन उन्हां दी जिहड़ी सेवा संभाल है उन्हां दे विच मास्टर जी का भी बहुत हत्थ है। तुसीं लास्ट टू ईयर्स अगो जो असी दो साल पहले तुहानूं दस्सिया सी गुरुद्वारा माल जी साहिब की सेवा जिहड़ी है मास्टर साहब ने करवाई और बहुत सोहनी करवाई, तो गल करते हैं जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। समुची सिख संगत नूं अज बहुत बहुत वधाई होवे जी। अज बहुत ही खुशी का दिन है क्योंकि यह अस्थान इन्ना क दूर है संगतों तो, खास करके पंजा साहब तो भी ननकाना साहब तो भी, पर इस अस्थान की जिहड़ी खूबसूरती है उस सरोवर साहब करके चोआ करके है। यकीन जाणो मैं अंदर भी हुण भी गल कर चुकिया गया कि इस अस्थान की दो इहदे ते मोटर लगे सन जी, बिल्कुल दो जी, हाँ जी, और पानी इहदा थले नहीं लैके गए, जिथे है सी उत्थे ही है पानी, पानी एक इंच भी थले नहीं गया। बड़ी कमाल की गल सी, मैं तो हाँ जी, और वो मैं हैरान है कि उपर भी नहीं पानी आ रहा, और दो मोटर चल गया सन उदो, पर इस अस्थान की उस सारी की बहुत ज़्यादा जरूरत सी। रणजीत नगारा तुहानू गुरु नानक किन्ने भाग लाए जिन्हें तुहाडे जिसम ते वाल ने, और जिनी इस वेले वैक्यू ट्रस्ट प्रॉपर्टी बोर्ड के जिन्हें मैंबरान हैं और पाकिस्तान सिख गुरुद्वार प्रबंध कमेटी जिन्हें मैंबरान हैं, सारे गुरु नानक भाग लाए और लगनगे भी जरूर लगनगे, क्योंकि इस तरह खाली नहीं जाता। किसी का कुछ दियो, किसी कुछ दोगे तो वो वापसी तुहाडे कोल जरूर आएगी। और जिन्होंने गुरुद्वारे दे ये पैगाम जिन्होंने पहुँचाया संगता तक कि गुरुद्वारा है और ये सारी जरूरी है, इनू तो लगे ही है ना। देखो ना जो भी मुख दे उत्ते दिन ब दिन खूबसूरती आ रही है, ये वो ही है, ये वो ही है जिथे जरूरत है ना, जिथे जरूरत होंदी है कि मतलब सानू लोड होंदी है कि इत्थे परमात्मा का नाम किसी ने लिया है, रब का नाम किसी ने लिया है। पर अफसोस की गल है, दुध दूध हलीम मिलक कह सकता, अल्लाहु राम खुदा वाहिगुरु भगवान ही कह सकता, बस सिर्फ असी रब आसे पत्थर बने हुए हैं। वाह दी जिहड़ा सी जिहड़ा हीरा सी जिहड़ा चमकिया और इस गुरुद्वारे का पैगाम सारिया संगतां नूं दिता, और सारिया जिनी भी तीन संस्थावां और होर बहुत सारे प्रेमी जिहड़े सन विच जुड़े जिन्हां ने इस गुरुद्वारे की कार सेवा की, और अज गुरुद्वारे की कार सेवा तकरीबन जिन्हों आप कह सकते हैं कि गुरु ग्रंथ साहब तो अलावा सारी कंप्लीट हो चुकी है। और साड़ी आस है पाकिस्तान सिख गुरुद्वारा प्रबंधक कमेटी अगे भी और बाकी ट्रस्ट प्रॉपर्टी बोर्ड के अगे भी और अपने जिन्हें भी अहदेदार सिख साहबान ने संगत ने उन्होंने अगे भी कि जल्द तो जल्द अंदर प्रकाश किया जाए और संगत वास्ते खोल दिता जाए और इस महान सरोवर की ऐसी सेवा की जाए, ऐसी सेवा की जाए यह दोनों या इधर के शहर के लोगों जरूर पूछा जाए। सानू भी पता है कि मैं तो अपनी अखी देख के गया और बाकी जिन्होंने भी देखा वह भी देख सकते हैं, इतने मोटर लगिया सन और पूरे शहर में पानी दिंदे सन, और असी समझे कि सरोवर का पानी हो गया तो हो गया, लेकिन एक इंच भी थली नहीं गया। ये उस अकाल पुरख अल्लाह ताला की करामात ने जोड़े हो चुके हैं और इस वे सारी तकरीबन कंप्लीट हो चुकी है। असी बहुत ही खुश हाँ, बहुत ही खुश हाँ। पाकिस्तान जिंदाबाद, अल्लाह तेनू कायम दायम रखे। और जिन्हें भी गुरुद्वारे पाकिस्तान के हैं, इमरान खान साहब होवे या कोई भी आने वाला साडा मोहतरम होवे, और गुरुद्वार के अल्लाह ताला दे इबादत गावान इसी तरह चमका के रखे और उन्होंने जिंदगी भी अल्लाह ताला पाक रखे। बहुत बहुत धन्यवाद, शुक्रिया जी, अस्सलाम वालेकुम जी, सत श्री अकाल। बहुत शुक्रिया जी। एस एन ज्ञानी बलवंत सिंह जी, बलवंत सिंह जी और इन्हों का एक कारज होर है कि इन्होंने हज़ारों बच्चों की जिंदगी भी बदली है। इन्हां दे पेपर लैन दा तरीका, इन्हां दे बच्चियां दा पाठ सिखाण दा तरीका, गुरु ग्रंथ साहिब पढ़न दा तरीका अमेजिंग। मैं किहड़ियां किहड़ियां गल्लां तुहानूं दस्सां कि कह लवांगा कि बाबा गुरु नानक साहिब जिथे पैदा होए ने उन्हां दे जन्म स्थान दे उत्ते तुहानूं जिन्ने बच्चे नज़र साबत सूरत सिख नज़र आते हैं उन्हां दे पिछे मास्टर बलवंत सिंह जी का बहुत वड्डा हत्थ है। तो साडियां भी दुआवां ने कि रब सोणा इन्हां नूं इसे तरह ही चढ़दियां कलावां विच रखे और इसे तरह ही आप जी जिहड़ा अपनी सेवा जिहड़ी रब वल्लों लगी है वो तुहाडी जिहड़ी है सफल हो जाए जी। ज्ञानी जी आओ। वाहिगुरू जी का खालसा वाहिगुरू जी की फतेह जी। साडे नाल ज्ञानी साहिब ने चौथी पातशाही जन्म स्थान दे गुरबीर सत सिंह जी, वाह खालसा वाहिगुरू जी की फतेह। बहुत धन्यवादी हाँ समुचियां संगतां दा, खास तौर पर
रणजीत नगारा ग्रुप का, जिन्होंने बहुत बड़ा उपराला किया आज संगतान इस पावन स्थान जो कि पहले पातशाह श्री गुरु नानक देव जी का चरण चो प्राप्त स्थान चोहा साहब के दर्शन हुए हैं। इसकी हालत गुरु महाराज ने बख्शिश की रणजीत नगारा से, जिन्होंने तो गुरु महाराज ने आप सेवा ली है। सो मेरे तो पहले वक् वक् मैंबर ने ग्रंथी सिंह ने आप जी सारे विस्तार दसिया गया, पर मैं यही कहूँगा कि एक छिंदी सेवा भी है जो गुरु नानक के नाम से सुचे ढंग होए तो गुरु महाराज के अगे प्रवान होंगी है। अजे सरोवर को देख के मन बहुत ही उदास भी होंदा है तो खुश भी होंदा है, क्योंकि सारिया चीज़ा संगतां दे सहयोग नाल संगतां नाल हन। जे संगतां दे सहयोग होण अते इसी तरह खुले दर्शन दीदारे होण ते साड़ी हुकूमत पाकिस्तान साड़ा इसी तरह साथ देंदी रहे ते आपां रल मिल के इन्हां गुरुद्वारियां दी सेवा संभाल कर सकते हाँ अते संगतां नूं तिन्हां दे खुले दर्शन दीदारे प्राप्त हो सकते हैं। सो अंत विच मैं फिर पाकिस्तान सिख गुरुद्वारा प्रबंधक कमेटी एवेक्यू ट्रस्ट प्रॉपर्टी बोर्ड अते साडे जो चैनल राही संगतां नूं पैगाम पहुँचाण वाले ने रणजीत नगारा खास तौर पर तिन्हां दा धन्नवादी हाँ। तो गुरु महाराज कृपा करन, जिवें कि सारियां संगतां ने अरदास होती है कि आने वाले वक्त विच सानू गुरु ग्रंथ साहिब महाराज दा इत्थे प्रकाश नज़र आवे ते गुरु साडे कोल हुण गुरु मेरे संघ सदा है नाले, सिमर सिमर ते सदा समाले, वो साढ़े संघ हन। पर जदों साडा गुरु ग्रंथ साहिब महाराज किसी थां ते प्रकाश हुंदा है तो उहदी सजावट कुछ होर हुंदी है, उहदा नज़ारा कुछ होर हुंदा है। गुरु महाराज कृपा करन आप समूह संगतां दे असीसां नाल ही हैं। सो असीसा बख्शो जी ताकि आप रल मिल के गुरुद्वारे की इसी तरह सेवा संभाल कर सकीए। हुई पुलां चुके दिखे मां, वाहिगुरू जी का खालसा वाहिगुरू जी की फतेह।